ਅਬਰਾਹਮ ਕੌਣ ਹੈ? ਧਰਮੀ ਹੈ, ਧਰਮ ਦਾ ਭੁੱਖਾ ਤੇ ਪਿਆਸਾ ਹੈ, ਪਰਮੇਸ਼ਰ ਦੇ ਪਿੱਛੇ ਚੱਲਦਾ ਹੈ। ਸਾਡਾ ਧਰਮ ਕੀ ਹੈ? ਸਾਡਾ ਭੁੱਖ ਕੀ ਹੈ? ਸਾਡੀ ਪਿਆਸ ਕੀ ਹੈ? ਯੀਸ਼ੂ ਮਸੀਹ ਹੈ, ਸੱਚਾਈ ਹੈ। ਲਿਖਿਆ ਅਬਰਾਹਮ ਜਦੋਂ ਕਾਫੀ ਸਮਾਂ ਪਰਮੇਸ਼ਰ ਦੇ ਵਿੱਚ ਚੱਲਦਾ ਰਿਹਾ, ਔਰ ਪਰਮੇਸ਼ਰ ਹਰ ਸਮੇਂ ਗੱਲਬਾਤ ਕਰਦਾ ਹੈ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿੰਦਾ ਹੈ, ਏਦਾਂ ਨਹੀਂ ਬਾਹਰ ਨਹੀਂ ਜਾਂਦਾ। ਜੋ ਪਰਮੇਸ਼ਰ ਦਾ ਵਚਨ ਦੱਸਦਾ ਹੈ ਉਦਾਂ ਕਰਦਾ ਹੈ, ਜਿੱਥੇ ਕਹਿੰਦਾ ਜਾ ਜਾਂਦਾ, ਜਿੱਥੇ ਕਹਿੰਦਾ ਨਹੀਂ ਜਾਣਾ ਨਹੀਂ ਜਾਂਦਾ। ਹਰ ਸਮੇਂ ਵਫ਼ਾਦਾਰ ਹੈ, ਇੱਕ ਕਾਨੂੰਨ ਦੇ ਵਿੱਚ, ਇੱਕ ਸ਼ਰਾ ਦੇ ਵਿੱਚ ਚੱਲਦਾ ਹੈ। ਲਿਖਿਆ ਜਿੱਥੇ ਸ਼ਰਾ ਨਹੀਂ ਉੱਥੇ ਉਲੰਘਣਾ ਵੀ ਨਹੀਂ। ਸ਼ਰਾ ਦਾ ਮਤਲਬ ਇੱਕ ਕਾਨੂੰਨ, ਇੱਕ ਵਿਧੀ ਠਰਾਈ ਜਾਂਦੀ ਸੀ ਕਿ ਇਸਰਾਇਲੀਆਂ ਦੇ ਵਿੱਚ ਇੱਕ ਕਾਨੂੰਨ ਬਣਾਇਆ ਸੀ ਕਿ ਇੱਦਾਂ ਪਰਮੇਸ਼ਰ ਦੀ ਆਰਾਧਨਾ ਕਰਨਾ ਹੈ। ਜੇ ਕੋਈ ਇਨਸਾਨ 10 ਹੁਕਮਾਂ ਨੂੰ ਨਹੀਂ ਮੰਨਦਾ ਉਹ ਪਾਪ ਕਰਦਾ ਹੈ। ਲਿਖਿਆ ਹੈ ਜੇ ਕਿ ਸ਼ਰਾ ਦਾ ਪਾਲਣਾ ਕਰੇ, ਸਾਰੇ ਹੁਕਮਾਂ ਨੂੰ ਮੰਨੇ ਪਰ ਇੱਕ ਵਿੱਚ ਭੁੱਲ ਜਾਏ ਤਾਂ ਸਾਰਿਆਂ ਵਿੱਚ ਦੋਸ਼ੀ ਠਹਿਰਿਆ। ਅੱਜ ਇਨਸਾਨ ਰੋਟੀ ਖਾਣੀ ਨਹੀਂ ਭੁੱਲਦਾ, ਰਾਤੀ ਉੱਠ ਉੱਠ ਕੇ ਖਾਂਦੇ ਖਾਂਦੇ ਸਾਰੇ ਬਲਾ ਲੈ ਲਿਆ, ਭੁੱਖ ਲੱਗਦੀ ਭੁੱਖ। ਅੱਜ ਬਾਈਬਲ ਨਹੀਂ ਕਿਸੇ ਨੂੰ ਚਾਹੀਦੇ, ਕਿਸੇ ਵਿਰਲੇ ਨੂੰ ਚਾਹੀਦੀ, ਮੋਬਾਈਲ ਸਾਰਿਆਂ ਨੂੰ ਚਾਹੀਦੇ ਸਾਰੇ ਬਲਾ ਲੈ ਲਿਆ, ਮੋਬਾਈਲ ਟੱਚ ਸਾਰਿਆਂ ਨੂੰ ਚਾਹੀਦੇ, ਆਈਫੋਨ ਸਾਰੇ ਬਲਾ ਲੈ ਲਿਆ, ਮਹਿੰਗੇ ਤੋਂ ਮਹਿੰਗਾ ਬਈ ਬਾਈਬਲ ਵੀ ਬੜੀ ਮਹਿੰਗੀ ਪਈ ਹੈ, ਸਾਰੇ ਬਲਾ ਲੈ ਲਿਆ। ਮੋਬਾਈਲ ਤਾਂ 500 ਦਾ ਮਿਲ ਜਾਂਦਾ, ਛੋਟੇ ਤੇ ਛੋਟਾ ਮਿਲ ਜਾਂਦਾ 200-300 ਦਾ, ਪਰ ਬਾਈਬਲ ਵੀ 200-300 ਤੋਂ ਸਟਾਰਟ ਹੁੰਦੀ ਹੈ ਤੇ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਪਈ ਬਾਈਬਲ। ਔਰ ਇਹ ਇੰਨੀ ਸਸਤੀ ਕਿਉਂ ਹੋਈ ਕੋਈ ਦੱਸ ਸਕਦਾ ਹੈ? ਇੰਨੀ ਸਸਤੀ ਕਿਉਂ ਹੋਈ? ਮੋਬਾਈਲ ਹਜ਼ਾਰਾਂ ਦੇ ਨੇ, ਟੱਚ ਕਰਦੇ ਆ ਸਾਰਾ ਕੁਝ, ਵਿੱਚ ਬਾਈਬਲ ਵੀ ਆ ਜਾਂਦੀ, ਬਹੁਤ ਆਨਲਾਈਨ ਸਭ ਕੁਝ ਚੱਲਦਾ, ਫੇਸਬੁੱਕ ਯੂਟਿਊਬ ਚੱਲਦਾ। ਔਰ ਇੰਨੀ ਸਸਤੇ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਬਹੁਤ ਮਹਿੰਗੀ ਬਾਈਬਲ ਸੀ, ਕਿਸੇ ਨੂੰ ਮਿਲ ਨਹੀਂ ਸਕਦੀ ਸੀ। ਔਰ ਅੱਜ ਇੰਨੀ ਸਸਤੀ ਹੋਈ ਕਿਉਂ? ਉਹਨਾਂ ਦਾਸਾਂ ਦੀ ਪ੍ਰਾਰਥਨਾ ਦੇ ਦੁਆਰਾ, ਉਹਨਾਂ ਨਬੀਆਂ ਦੀ ਕੁਰਬਾਨੀਆਂ ਦੇ ਦੁਆਰਾ ਹੀ ਸਸਤੀ ਹੋਈ ਹੈ। ਸਮਝ ਲੱਗ ਰਹੀ? ਕੁਰਬਾਨੀਆਂ ਦਿੱਤੀਆਂ ਗਈਆਂ। ਅਬਰਾਹਮ ਹੈ, ਧਰਮੀ ਇਨਸਾਨ ਹੈ, ਹਰ ਸਮੇਂ ਵਫਾਦਾਰੀ ਨਾਲ ਚੱਲਦਾ ਹੈ, ਦੁੱਖ ਦੀ ਕੜੀ ਦੇ ਵਿੱਚ ਦੁੱਖ ਦੇ ਵਿੱਚ ਚੱਲ ਰਿਹਾ, ਬੱਚਾ ਨਹੀਂ ਗਾ, 100 ਸਾਲ ਤੱਕ ਪਹੁੰਚ ਗਏ, ਉਮਰ ਹੋ ਗਈ 100 ਸਾਲ ਤੇ ਬੱਚਾ ਨਹੀਂ। ਪਰਮੇਸ਼ਰ ਕਹਿ ਰਿਹਾ ਦੇਵਾਂਗਾ, ਕਹਿੰਦਾ ਕੀ ਲਿਖਿਆ? ਜਿਵੇਂ ਲਿਖਿਆ ਹੋਇਆ ਹੈ ਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ, ਇੱਕ ਵੀ ਬੱਚਾ ਨਹੀਂ। ਪਰਮੇਸ਼ਰ ਗੱਲ ਬਾਤ ਕਰ ਰਿਹਾ, ਕਹਿੰਦਾ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ, ਬਹੁਤ ਸਾਰੀ ਔਲਾਦ ਤੇਰੀ ਹੈ, ਤੂੰ ਇੱਕ ਲਈ ਤਰਸ ਰਿਹਾ,
ਇੱਕ ਬੱਚਾ ਮਿਲ ਜਾਏ ਇਨਸਾਨ ਅੱਜ ਬੋਲਦਾ ਹੈ ਪਰਮੇਸ਼ਰ ਮੈਨੂੰ ਛੋਟੀ ਜਿਹੀ ਆਸ਼ੀਸ਼ ਦੇ ਦੇ, ਇੰਨੀ ਕੁ ਦੇ ਦੇ, ਇੰਨੇ ਕੁ ਰੁਪਏ ਦੇ ਦੇ, ਮੇਰਾ ਗੁਜ਼ਾਰਾ ਹੋ ਜਾਵੇ, ਸਾਡਾ ਘਰ ਦਾ ਗੁਜ਼ਾਰਾ ਚੱਲੇ। ਜਿੱਦਾਂ ਅਸੀਂ ਸੋਚੀਏ ਸਾਡੇ ਦੋ ਕਰਨਾ ਹੀ ਮਿਲ ਜਾਏ ਬੰਦਗੀ ਕਰਨ, ਪਰ ਪਰਮੇਸ਼ਰ ਕਹਿੰਦਾ ਮੁਰੱਬੇ ਦਿਆਂਗਾ, ਕਿੱਲੇ ਮੁਰੱਬੇ ਖਾਣ ਵਾਲੇ ਨਹੀਂ, ਮੁਰੱਬੇ ਦੇ 25 ਕਿੱਲੇ ਦਾ ਮੁਰੱਬਾ ਹੁੰਦਾ ਹੈ। ਸਾਰੇ ਵਾਲਾ ਲੈ ਲਿਆ ਮੁਰੱਬਿਆਂ ਦਾ ਮਾਲਕ ਪਰਮੇਸ਼ਰ ਕਰੇਗਾ। ਸਾਡੇ ਕੋਲ ਆਪਣੀ ਜਗ੍ਹਾ ਨਹੀਂ, ਅਸੀਂ ਫਿਰ ਵੀ ਪਰਮੇਸ਼ਰ ਦੀ ਮਹਿਮਾ ਕਰ ਰਹੇ ਹਾਂ। ਇਸ ਜਗ੍ਹਾ ਤੇ ਬਹੁਤ ਸਾਰਿਆਂ ਨੂੰ ਪਤਾ ਪ੍ਰੋਬਲਮ ਆ ਰਹੀਆਂ ਨੇ, ਪਰ ਫਿਰ ਵੀ ਅਸੀਂ ਧਰਮ ਦੇ ਕਾਰਨ ਸਤਾਏ ਜਾ ਰਹੇ ਹਾਂ, ਲੋਕ ਸਾਡਾ ਮਜ਼ਾਕ ਉਡਾਉਂਦੇ ਨੇ, ਅਸੀਂ ਫਿਰ ਵੀ ਪਰਮੇਸ਼ਰ ਦੇ ਪਿੱਛੇ ਚੱਲਦੇ, ਖੁਸ਼ ਦਿਲ ਦੇ ਵਿੱਚ, ਮਨ ਦੇ ਵਿੱਚ ਖੁਸ਼ੀ, ਖੁਸ਼ ਦਿਸਦੇ ਹਾਂ। ਇੱਦਾਂ ਅਬਰਾਹਮ ਖੁਸ਼ ਦਿਸਦਾ ਸੀ, ਪਰ ਅੰਦਰੋਂ ਦੁੱਖ ਦੇ ਵਿੱਚ ਗੁਜ਼ਰ ਰਿਹਾ ਸੀ। ਦੁੱਖ ਦੀ ਘੜੀ ਦੇ ਵਿੱਚ ਜਦੋਂ ਇਨਸਾਨ ਚਲਾ ਜਾਂਦਾ ਹੈ, ਹਾਲਾਤਾਂ ਵਿੱਚ ਗੁਜ਼ਰਨਾ ਪੈਂਦਾ, ਮੇਰਾ ਪਰਮੇਸ਼ਰ ਦੇਖਦਾ ਹੈ ਹੁਣ ਮੇਰੀ ਬੇਟੀ ਮੇਰਾ ਬੇਟਾ ਕੀ ਸੋਚਦਾ ਹੈ, ਕੀ ਮੈਨੂੰ ਆਪਣਾ ਦਰਦ ਦੱਸ ਸਕਦਾ ਹੈ, ਕੀ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਪ੍ਰਾਰਥਨਾ ਕਰਦੇ ਹੋ, ਪਰਮੇਸ਼ਰ ਦੇ ਸਾਹਮਣੇ ਜਾਂਦੇ ਹੋ, ਮੇਰਾ ਪਰਮੇਸ਼ਰ ਦੇਖਦਾ ਹੈ। ਪਵਿੱਤਰ ਆਤਮਾ ਨੇ ਇੱਕ ਆਸ ਲਗਾਈ ਹੁੰਦੀ ਹੈ, ਇੱਕ ਉਮੀਦ ਲਗਾਈ ਹੁੰਦੀ ਹੈ, ਕਾਸ਼ ਮੇਰਾ ਬੇਟਾ ਮੇਰੀ ਬੇਟੀ ਮੇਰੇ ਹੁਕਮਾਂ ਨੂੰ ਮੰਨਦਾ ਹੁੰਦਾ ਤਾਂ ਮੈਨੂੰ ਬਰਕਤ ਨਾਲ ਭਰਦਾ। ਇਨਸਾਨ ਥੋੜੀ ਜਿਹੀ ਮੰਗ ਕਰਦਾ ਹੈ, ਪਰ ਪਰਮੇਸ਼ਰ ਬਹੁਤ ਵਾਫਰ ਦੇਣਾ ਚਾਹੁੰਦਾ ਹੈ। ਵਾਫਰ ਰੋਟੀਆਂ ਆਉਣਗੀਆਂ, ਲਿਖਿਆ ਧਰਮੀਆਂ ਕੋਲ ਵਾਫਰ ਰੋਟੀਆਂ ਆਉਣਗੀਆਂ, ਕਿਸੇ ਤਨ ਦੀ ਕਮੀ ਨਹੀਂ ਆਏਗੀ, ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ। ਹਰ ਇੱਕ ਪ੍ਰੋਬਲਮ ਹਾਲਾਤਾਂ ਵਿੱਚ ਜੋ ਇਨਸਾਨ ਗੁਜ਼ਰੇਗਾ, ਪਰਮੇਸ਼ਰ ਅੱਗੇ ਜਾ ਕੇ ਬਹੁਤ ਧਨ ਦੇਗਾ, ਬਹੁਤ ਬਰਕਤ ਦੇਗਾ। ਇਨਸਾਨ ਮੰਗਦਾ ਹੈ ਬਹੁਤ ਸਮੇਂ ਤੋਂ, ਕਈ ਵਾਰ ਮਿਲਦਾ ਨਹੀਂ। ਅਬਰਾਹਮ ਨੇ ਕਈ ਸਮੇਂ ਤੋਂ ਮੰਗਦਾ ਰਿਹਾ, ਅੱਜ ਮੈਨੂੰ ਪੁੱਤਰ ਦੇ ਦੇ, ਇਸ ਸਾਲ ਦੇ ਵਿੱਚ ਮਿਲ ਜਾਏਗਾ, ਇਸ ਸਾਲ ਦੇ ਵਿੱਚ ਇੱਦਾਂ ਹੋ ਜਾਏਗਾ, ਪਰ ਉਸ ਸਾਲ ਵੀ ਨਹੀਂ ਮਿਲਿਆ। ਫਿਰ ਵੀ ਆਸ ਲਗਾਈ ਹੁੰਦੀ ਹੈ, ਉਮੀਦ ਲਗਾਈ ਹੁੰਦੀ ਹੈ, ਥੋੜਾ ਜਿਹਾ ਸਮਾਂ ਹੋਰ, ਥੋੜਾ ਜਿਹਾ ਸਮਾਂ ਹੋਰ, ਪਰਮੇਸ਼ਰ ਦਇਆ ਕਰੇਗਾ, ਥੋੜਾ ਜਿਹਾ ਸਮਾਂ ਹੋਰ, ਬੱਚਾ ਮਿਲ ਜਾਏਗਾ। ਪਤਨੀ ਬਹੁਤ ਸਾਰੇ ਸਵਾਲ ਕਰਦੀ ਹੈ ਅਬਰਾਹਮ ਨਾਲ, ਕੀ ਪਰਮੇਸ਼ਰ ਨੇ ਬੋਲਿਆ ਹੈ? ਕਹਿੰਦਾ ਅਗਲੇ ਸਾਲ ਪਰਮੇਸ਼ਰ ਪੁੱਤਰ ਦੇਗਾ, ਵੇਟ ਕਰ। ਕਿੰਨੀ ਕੁ ਵੇਟ ਕਰਾ, ਇੰਨੇ ਸਾਲ ਹੋ ਗਏ। ਤੂੰ ਕਹਿੰਦਾ ਪਰਮੇਸ਼ਰ ਗੱਲ ਬਾਤ ਕਰਦਾ, ਬੱਚਾ ਤਾਂ ਆਪਾਂ ਨੂੰ ਮਿਲਿਆ ਨੀ, ਲੋਕਾਂ ਨੇ ਤਾਨੇ ਮੇਰੇ ਦੇਣੇ ਸ਼ੁਰੂ ਕਰ ਦਿੱਤੇ ਨੇ, ਲੋਕ ਕਹਿੰਦੇ ਨਹੀਂ ਬੱਚਾ ਹੋਏਗਾ, ਕਿੰਨੂੰ ਮੰਨਦੇ ਹੈ, ਪਰ ਰਹਿਗਾ ਨਹੀਂ ਮਿਲੇਗਾ। ਬਹੁਤ ਲੋਕਾਂ ਨੇ ਤਾਨੇ ਮੇਰੇ, 10 ਸਾਲ ਦਾ ਹੋ ਗਿਆ ਬੱਚਾ ਨੇ, ਪਰ ਉਮੀਦ ਲਗਾਈ ਹੋਈ ਹੈ, ਆਸ ਲਗਾਈ ਹੋਈ ਹੈ, ਫਿਰ ਵੀ ਪਰਮੇਸ਼ਰ ਦੇ ਪਿੱਛੇ ਚੱਲਦਾ ਹੈ, ਨਹੀਂ ਮਿਲਿਆ। ਪਰਮੇਸ਼ਰ ਗੱਲ ਬਾਤ ਕਰਦਾ ਹੈ, ਵੇਖੋ ਇੱਕ ਗੱਲ ਬਾਤ ਕਰਦਾ ਹੈ ਪਰਮੇਸ਼ਰ, ਪਰ ਫਿਰ ਵੀ ਵੇਖ ਰਿਹਾ ਹੈ। ਸਿਰਫ ਬੱਚੇ ਤੱਕ ਸੀਮਤ ਹੈ ਜਾਂ ਮੈਨੂੰ ਪ੍ਰੇਮ ਪਿਆਰ ਕਰਦਾ ਹੈ? ਮੇਰਾ ਪਰਮੇਸ਼ਰ ਵੇਖ ਰਿਹਾ ਸੀ ਉਹ ਸਮੇਂ ਦੇ ਵਿੱਚ, ਉਹ ਘੜੀ ਦੇ ਵਿੱਚ ਵੇਖ ਰਿਹਾ ਸੀ ਕਿ ਅਬਰਾਹਮ ਹੁਣ ਮੈਨੂੰ ਕਿੰਨਾ ਪ੍ਰੇਮ ਪਿਆਰ ਕਰਦਾ ਹੈ। ਇੱਕ ਸਾਲ ਜਦੋਂ ਪਰਮੇਸ਼ਰ ਨੇ ਕਿਹਾ ਅਗਲੇ ਸਾਲ ਤੈਨੂੰ ਬੱਚਾ ਦਿਆਂਗਾ, ਉਹ ਪਰਮੇਸ਼ਰ ਝੂਠਾ ਪਰਮੇਸ਼ਰ ਨਹੀਂ, ਸੱਚਾ ਪਰਮੇਸ਼ਰ ਹੈ, ਵਾਅਦਾ ਕਰਦਾ ਹੈ। ਪਰਮੇਸ਼ਰ ਕਹਿੰਦਾ ਤੈਨੂੰ ਮਿਲੇਗਾ, ਵੇਟ ਕਰ। ਪਰ ਅਗਲੇ ਸਾਲ ਇੱਕ ਸਾਲ ਕਿੱਦਾਂ ਗੁਜ਼ਰਾ ਹੋਏਗਾ? ਦੂਜੇ ਸਾਲ ਫਿਰ ਪਰਮੇਸ਼ਰ ਦੇ ਸਾਹਮਣੇ ਜਾਂਦਾ ਹੈ, ਕਹਿੰਦਾ ਬਹੁਤ ਸਾਰੇ ਲੋਕਾਂ ਨੇ ਮੈਨੂੰ ਬੋਲਿਆ ਹੈ ਪਰਮੇਸ਼ਰ ਹੁਣ ਤੋਂ ਮੈਨੂੰ ਬੱਚਾ ਦੇ ਦੇ, ਪਰਮੇਸ਼ਰ ਫਿਰ ਕਹਿੰਦਾ ਅਜੇ ਹੋਰ ਵੇਟ ਕਰ। ਕਰਦੇ ਕਰਦੇ 25 ਸਾਲ ਵੇਟ ਕਰਦਾ, 25 ਸਾਲ ਹੋ ਜਾਂਦੇ ਨੇ, ਉਮੀਦ ਖਤਮ ਹੋ ਜਾਂਦੀ ਹੈ।
25 ਸਾਲ ਲੰਘੇ ਨੇ, ਬੱਚਾ ਨਹੀਂ ਮਿਲਿਆ, ਨਿਰਾਸ਼ ਦੇ ਵਿੱਚ ਮੁਸੀਬਤ ਦੇ ਵਿੱਚ ਹੈ। ਉਸ ਟਾਈਮ ਮੁਸੀਬਤ ਦੇ ਵਿੱਚ ਐਦਾਂ ਸੋਚ ਰਿਹਾ ਸੀ ਕਿ ਸ਼ਾਇਦ ਹੁਣ ਬੱਚਾ ਨਹੀਂ ਹੋਏਗਾ। ਸਾਰਾ ਜਦੋਂ ਅਬਰਾਹਮ ਦੀ ਪਤਨੀ ਬੁੱਢੀ ਉਮਰ ਦੀ ਹੋ ਗਈ ਹੈ, ਔਰ ਅਬਰਾਹਮ ਵੀ ਬੁੱਢੀ ਉਮਰ ਦਾ ਹੋ ਗਿਆ ਹੈ, ਔਰ ਉਸ ਸਮੇਂ ਦੇ ਵਿੱਚ ਮਨ ਦੇ ਵਿੱਚ ਕੀ ਸੋਚਦਾ ਹੈ ਕਿ ਮੇਰੀ ਪਤਨੀ ਵੀ ਕੁੱਖ ਸੁਣੀ ਹੈ, ਕੁੱਖ ਸੁੱਕ ਗਈ ਹੈ, ਸ਼ਾਇਦ ਪਰਮੇਸ਼ਰ ਹੁਣ ਬੱਚਾ ਨਾ ਦੇ, ਪਰ ਫਿਰ ਵੀ ਹੌਸਲਾ ਨਹੀਂ ਹਾਰਦਾ। ਕਹਿੰਦਾ ਪਰਮੇਸ਼ਰ ਨੇ ਕਿਹਾ ਮੈਂ ਬਹੁਤੇ ਕੌਮਾਂ ਦਾ ਪਿਤਾ ਬਣਾਗਾ, ਇੱਕ ਵੀ ਬੱਚਾ ਨਹੀਂ, ਫਿਰ ਵੀ ਪਰਮੇਸ਼ਰ ਦਾ ਇੱਕ ਧਰਮੀ ਹੈ ਬਣਿਆ ਹੋਇਆ ਹੈ, ਇੱਕ ਵੀ ਆਸ਼ੀਸ਼ ਨਹੀਂ ਮਿਲੀ। ਜਿਸ ਚੀਜ਼ ਦੀ ਜ਼ਰੂਰਤ ਹੈ, ਬੱਚੇ ਦੀ ਲੋੜ ਸੀ, ਬੱਚਾ ਨਹੀਂ ਮਿਲਿਆ, ਪਰਮੇਸ਼ਰ ਨੇ ਕਿਹਾ ਫਿਰ ਵੀ ਬਣਿਆ ਰਿਹਾ। ਅੱਜ ਇਨਸਾਨ ਨੂੰ ਥੋੜਾ ਜਿਹਾ ਕੁਝ ਨਾ ਮਿਲੇ, ਇਨਸਾਨ ਪਿੱਛੇ ਹਟ ਜਾਂਦਾ ਹੈ, ਪਰਮੇਸ਼ਰ ਤੋਂ ਦੂਰ ਚਲਿਆ ਜਾਂਦਾ ਹੈ, ਪਰ ਫਿਰ ਵੀ ਅਬਰਾਹਮ ਨੇ ਇੱਕ ਆਸ ਲਗਾਈ ਹੋਈ ਹੈ, ਇੱਕ ਉਮੀਦ ਲਗਾਈ ਹੋਈ ਹੈ, ਪਰਮੇਸ਼ਰ ਦੇ ਪਿੱਛੇ ਚੱਲਦਾ ਹੈ। ਧਰਮੀ ਇਨਸਾਨ ਹੈ, ਧਰਮ ਦੇ ਵਿੱਚ ਬਣਿਆ ਹੋਇਆ ਹੈ, ਲਿਖਿਆ ਹੈ ਉਹਦੀ ਹਮੇਸ਼ਾ ਪੱਕੀ ਰਹੀ। ਕੀ ਲਿਖਿਆ? ਅਤੇ ਉਹਨੂੰ ਪੱਕੀ ਨੇਤਾ ਸੀ ਕਿ ਜਿਹਦਾ ਉਸਨੇ ਵਚਨ ਦਿੱਤਾ ਉਸਨੇ ਪੂਰਿਆ ਕਰਨ ਨੂੰ ਵੀ ਸਮਰੱਥ ਹੈ, ਇਸ ਕਰਕੇ ਉਹਦੇ ਲਈ ਧਰਮ ਵੀ ਗਿਣੇਗੀ। ਨੇਚਾ ਪੂਰੀ ਹੋਣੀ ਚਾਹੀਦੀ ਹੈ, ਸਾਡੀ ਨੇਚਾ ਧਰਮ ਗਿਣੀ ਚਾਹੀਦੀ ਹੈ। ਸਾਡਾ ਧਰਮ ਕੀ ਹੈ? ਨੇਚਾ ਹੈ, ਨੇਚਾ ਦੇ ਵਿੱਚ ਮਜ਼ਬੂਤ ਪੂਰੀ ਤਰ੍ਹਾਂ ਆਸ ਲਗਾਓ, ਚਾਹੇ ਕੁਝ ਮਿਲੇ ਚਾਹੇ ਨਾ ਮਿਲੇ, ਅਸੀਂ ਪਰਮੇਸ਼ਰ ਦੇ ਪਿੱਛੇ ਚੱਲਾਂਗੇ, ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਾਂਗੇ, ਹਰ ਇੱਕ ਵਾਅਦਾ ਪਰਮੇਸ਼ਰ ਦਾ ਅਸੀਂ ਪੂਰਾ ਕਰਾਂਗੇ, ਤਾਂ ਪਰਮੇਸ਼ਰ ਹੀ ਸਾਡਾ ਵਾਅਦਾ ਪੂਰਾ ਕਰੇਗਾ ਜੋ ਸਾਡੇ ਨਾਲ ਉਹਨੇ ਕੀਤਾ ਹੈ। ਇਨਸਾਨ ਤੇ ਉਮੀਦਾਂ ਲਗਾਈਆਂ ਜਾਣ, ਪਰਮੇਸ਼ਰ ਨੇ ਇਨਸਾਨ ਨੂੰ ਬਣਾਇਆ ਹੈ, ਜਦੋਂ ਬਣਾਇਆ ਹੈ ਤਾਂ ਇਨਸਾਨ ਛੁਪਿਆ ਲੁਕਿਆ, ਅੱਜ ਜਿੱਥੇ ਮਰਜ਼ੀ ਇਨਸਾਨ ਲੁਕ ਜਾਏ ਚਲਿਆ ਜਾਏ, ਪਰ ਪਰਮੇਸ਼ਰ ਫਿਰ ਵੀ ਢੂੰਡਦਾ ਹੈ, ਆਵਾਜ਼ ਲਗਾਉਂਦਾ ਹੈ, ਇਹ ਮੇਰੀ ਬੇਟੀ ਮੇਰਾ ਬੇਟਾ ਤੂੰ ਕਿੱਥੇ ਚਲਾ ਗਿਆ ਹੈ। ਜਾਣਦਾ ਹੈ ਪਵਿੱਤਰ ਆਤਮਾ, ਯਿਸੂ ਮਸੀਹ ਜਾਣਦਾ ਹੈ, ਅਬਰਾਹਮ ਵੀ ਜਾਣਦਾ ਸੀ ਕਿ ਮੈਨੂੰ ਆਸ਼ੀਸ਼ ਨਹੀਂ ਮਿਲੀ, ਪਰ ਫਿਰ ਵੀ ਬਣਿਆ ਹੋਇਆ ਧਰਮ ਦੇ ਵਿੱਚ, ਪਵਿੱਤਰ ਆਤਮਾ ਦੇ ਵਿੱਚ, ਧਾਰਮਿਕਤਾ ਦੇ ਵਿੱਚ ਬਣਿਆ ਹੋਇਆ। ਧਾਰਮਿਕਤਾ ਕੀ ਹੈ? ਸਾਡੀ ਇੱਕ ਧਰਮ ਦੀ ਧਾਰਮਿਕਤਾ ਕੀ ਹੈ? ਧਰਮ ਬਹੁਤ ਸਾਰੇ ਨੇ ਸੁਣਿਆ ਹੈ, ਧਾਰਮਿਕਤਾ ਦਾ ਕਿਸੇ ਨੂੰ ਪਤਾ ਨਹੀਂ। ਧਾਰਮਿਕਤਾ ਦਾ ਮਤਲਬ ਹੈ ਕਿ ਪੂਰੀ ਤਰ੍ਹਾਂ ਪਵਿੱਤਰ ਆਤਮਾ ਦੇ ਵਿੱਚ ਚੱਲਣਾ। ਸਾਡਾ ਸਰੀਰ ਹੈ, ਆਤਮਾ ਹੈ, ਸਾਡੇ ਅੰਦਰ ਆਤਮਾ ਹੈ। ਬਹੁਤ ਸਾਰੇ ਸਰੀਰਾਂ ਨੂੰ ਦੇਖਦੇ ਆ, ਪਰ ਪਰਮੇਸ਼ਰ ਆਤਮਾ ਨੂੰ ਦੇਖਦਾ ਹੈ, ਜੋ ਸਾਡੇ ਅੰਦਰ ਆਤਮਾ ਹੈ। ਪਰਮੇਸ਼ਰ ਦੀ ਨਿਗਾਹ ਉਹਦੇ ਤੇ ਹੁੰਦੀ ਹੈ। ਆਤਮਾ ਦੀ ਅੱਜ ਭੁੱਖ ਕਿੰਨੀ ਹੈ, ਪਿਆਸ ਕਿੰਨੀ ਹੈ, ਕਿੰਨਾ ਸਮਾਂ ਮੇਰੇ ਨਾਲ ਗੁਜ਼ਾਰਿਆ, ਪਰਮੇਸ਼ਰ ਦੇਖਦਾ ਹੈ। ਅੱਜ ਇਨਸਾਨ ਨੂੰ ਚਾਹੀਦਾ ਹੈ, ਸਭ ਕੁਝ ਚਾਹੀਦਾ ਹੈ, ਪਰ ਪਰਮੇਸ਼ਰ ਨੂੰ ਚਾਹੀਦਾ ਹੈ, ਪਰਮੇਸ਼ਰ ਹੀ ਚਾਹੁੰਦਾ ਹੈ। ਵਚਨ ਵਿੱਚ ਲਿਖਿਆ